ਹਾਂਜੀ ਮੈਂ ਪਹਿਲਾਂ ਆਪਣਾ ਨਾਂ ਦੱਸੋ ਜੀ। ਜੀ ਸਰ ਜਨਾਬ। ਪਿੰਡ ਕਿਹੜਾ ਜੀ? ਮੇਰੀ ਇਮਾਮਬਾਦ ਆ। ਕੀ ਵਾਕਿਆ ਹੋਇਆ ਜੀ? ਵਾਕਿਆ ਹੋਇਆ, ਡੰਗਰ ਚੁਗਣ ਆਏ ਨਾ, ਜੱਕਿਆਂ ਨੇ ਵਿੱਚ ਬੂਟੀ ਥੱਲੇ ਆ ਗਏ ਨਾ, ਤੇ ਸਦਾਈ ਡੰਗਰ ਮਰ ਗਏ ਨਾ, ਤੇ ਬਾਕੀ ਦੇ ਕੋਈ 10 ਲੱਭੇ, ਬਾਕੀ ਲੱਭਣ ਡੇ ਆ, ਤੇ ਕਿਰਨ ਸਾਹਿਬ ਨੀ ਪੂਰੀ ਜੱਕੇ ਲੱਗਾ, ਕਿਰਨ ਭਰੀ ਗਈ ਦੀ ਹੈ। ਕਿੰਨੇ ਕੁ ਵਜੇ ਦਾ ਵਾਕਿਆ ਹੈ? ਇਹ ਕੋਈ 10-11 ਵਜੇ ਦਾ ਵਾਕਿਆ ਹੈ। ਠੀਕ ਹੈ, ਤੇ ਕਿਹੜੇ ਕਿਹੜੇ ਡੰਗਰ ਕਿੰਨੇ ਕਿੰਨੇ ਮਰੇ ਨੇ? 8 ਡੰਗਰ ਯੂਸਫ ਦੇ, 10 ਡੰਗਰ ਬਸ਼ੀਰ ਦੇ। ਯੂਸਫ ਕੌਣ ਜੇ? ਯੂਸਫ ਆਏ। ਹਾਂਜੀ, ਹੋਰ 10 ਡੰਗਰ ਬਸ਼ੀਰ ਦੇ, 5 ਡੰਗਰ ਰਵੀ ਦੇ ਆ। ਉਹਦਾ ਮੁੰਡਾ ਇਹਦਾ ਯੂਸਫ ਦਾ? ਯੂਸਫ ਦਾ ਮੁੰਡਾ ਰਵੀ। ਇੱਕ ਜਵਾਈ ਹੈ, ਇੱਕ ਜਵਾਈ ਦਾ ਬਾਗਾ, 4 ਦੀਆਂ ਹੈ। ਮੰਗ ਇਹ ਕਰਦੇ ਆ ਬਈ, ਗੌਰਮੈਂਟ ਨੇ ਜਿਹੜੀ ਅਸੀਂ ਹੋਣੀ ਚਾਹੀਦੀ ਗਰੀਬਾਂ ਨੂੰ, ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ, ਖਾਣ ਨੂੰ ਸਾਡੇ ਕੋਲ ਇਹੋ 2-2 ਮਹੀਆਂ ਮਿਲ ਜਾਂਦੀ, ਉਹ ਮਰ ਗਈਆਂ, ਰੋਟੀ ਆਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਆ। ਗਰਮੀ ਬਹੁਤ ਹੀ, ਤੇ ਡੰਗਰ ਜਾ ਵੜੇ, ਜਾ ਕੇ ਪਾਣੀ ਵਿੱਚ ਜਾ ਵੜੇ ਆ, ਤੇ ਘੱਟੋ ਘੱਟ ਵੀ ਸਾਡੀਆਂ 20-25 ਦੇ ਲਾਗੇ ਲਾਗੇ ਮੱਝਾਂ ਜਿਹੜੀਆਂ ਉਹ ਲਾਪਤਾ ਹੈਗੀਆਂ ਵਾ, ਤੇ 20-25 ਮੱਝਾਂ ਲਾਪਤਾ, ਤੇ ਬਾਕੀ ਅਸੀਂ ਲੱਭ ਗਈਆਂ। ਗਰਮੀ ਬਹੁਤ ਜ਼ਿਆਦਾ ਸੀ, ਤੇ ਵਿੱਚ ਹਰੀ ਬੂਟੀ ਸੀ, ਤੇ ਵਿੱਚ ਜਾ ਬਣੀਆਂ, ਤੇ ਵਿੱਚ ਬੂਟੀ ਆ ਗਈ। ਪਹਿਲਾਂ ਵੀ ਚਾਰਦੇ ਰਹੇ ਇੱਥੇ ਮੱਝਾਂ? ਹਾਂਜੀ, ਪਹਿਲਾਂ ਵੀ ਬਹੁਤ ਵਾਰ ਚਾਰਦੇ ਰਹੇ। ਨਾਲ ਅਸੀਂ 2 ਭੈਣਾਂ ਹੀ ਆ, ਤੇ ਇੱਕ ਸਾਡਾ ਭਰਾ ਤੇ ਇੱਕ ਭਣਾਈ ਆਈ ਆ।